ਤੱਕ ਨਹੀਂ ਹੈਗਾ। ਸਾਈਕਲ ਦੇ ਉੱਤੇ ਬਜ਼ੁਰਗ ਬੈਠੇ ਹੋਏ ਆ ਅਤੇ ਪਤਾ ਨਹੀਂ ਕੀ ਵੇਚਦੇ ਆ, ਪਰ ਹੈ ਨਹੀਂ ਕੋਈ ਵੱਡੀ ਉਮਰ ਦੇ ਬਜ਼ੁਰਗ ਆ। ਸਾਈਕਲ ਦੇਖਿਆ ਨਾਲ ਟੋਕਰੀ ਰੱਖੀ ਹੋਈ ਆ। ਬਾਬਾ ਜੀ ਕੀ ਵੇਚਦੇ, ਕੀ ਵੇਚਦੇ? ਫੁੱਲ ਬੜੀਆਂ ਵਿਕਦੀਆਂ ਹੈਗੀਆਂ ਤੇ ਹੈ ਕੀ ਗਾ ਜੀ? ਕਿੰਨੇ ਪੈਸੇ ਕਮਾਏ, ਕਿੰਨੇ ਪੈਸੇ ਕਮਾਏ? 25-30 ਰੁਪਏ। ਹੁਣ ਤਾਂ 12-12:30 ਹੋ ਗਏ ਆ। ਵਾਹਿਗੁਰੂ ਵਾਹਿਗੁਰੂ। ਅੱਛਾ ਫਲੋੜੀਆਂ ਇੱਕ ਤਲ ਦੇ ਆਪ ਖਾਲੀ ਇੱਕ ਮੇਰੇ ਕੋਲ ਪੈਸੇ ਨਹੀਂ ਹੈਗੇ। ਵਾਹ ਜੀ ਵਾਹ। ਘਰੇ ਕਰਦੇ ਤਿਆਰ? ਕਿੰਨੇ ਕੁ ਪੈਸੇ ਕਮਾਉਂਦੇ ਇਹਦੇ ਰੋਜ਼ ਦੇ? ਇਹਦੇ ਨਾਲ ਹੋ ਜਾਂਦਾ ਗੁਜ਼ਾਰਾ ਹੋ ਜਾਂਦਾ? ਇਹ ਤੇ ਬਾਬਾ ਜੀ ਗਲੀਆਂ ਚ ਘੁੰਮ ਕੇ ਵੇਚੋਗੇ? ਉਹ ਨੀ ਸੋ ਸਹੀ, ਉਹ ਵੀ ਸਹੀ ਆ। ਅੱਛਾ ਤੁਸੀਂ ਆ ਵੇਚਦੇ ਤੇ ਸਾਈਕਲ ਤੇ ਨਹੀਂ ਮਤਲਬ ਘੁੰਮਿਆ ਜਾਂਦਾ ਗਲੀਆਂ ਚ, ਹਨਾ? ਠੀਕ ਆ ਠੀਕ ਆ। ਜੇ ਰੇੜੀ ਮਿਲ ਜੇ ਤੇ ਉਹਦੇ ਨਾਲ ਤੁਹਾਡਾ ਵਧੀਆ ਹੋ ਜਾਊਗਾ ਨਹੀਂ? ਜੇ ਰੇੜੀ ਮਿਲ ਜੇ ਪਿੱਛੇ ਰੱਖ ਕੇ ਤੇ ਗਲੀਆਂ ਵਿੱਚ ਮਤਲਬ ਘੁੰਮ ਕੇ ਵੇਚ ਵੀ ਸਕਦੇ ਤੁਸੀਂ, ਹਨਾ? ਹੋਰ ਵੀ ਸਮਾਨ ਵੇਚ ਸਕਦੇ ਹੋ। ਅੱਛਾ ਸਬਜ਼ੀ ਵੇਚਦਾ ਜਿਹੜੀ ਕਿਰਾਏ ਪਾਈ ਸੀ। ਅੱਛਾ 50 ਰੁਪਏ ਕਿਰਾਇਆ ਲੈਂਦਾ ਸੀ। ਅੱਛਾ ਜੀ ਹੋਰ ਵੀ ਆ ਰਹੇ, ਚੜ੍ਹਦੀ ਕਲਾ ਜੀ, ਸ਼ੁਕਰ ਵੀ ਜੀ ਠੀਕ ਆ। ਹਾਂਜੀ ਹਾਂਜੀ, ਉਹ ਵਿਚਾਰੇ ਬੈਠੇ ਸੀ ਬਜ਼ੁਰਗ, ਆਹ ਫਲੋੜੀਆਂ ਲੈ ਕੇ ਮੈਂ ਇਹਨਾਂ ਕੋਲ ਖੜ ਗਿਆ। ਮੈਂ ਕਿੰਨੇ ਪੈਸੇ ਕਮਾਏ ਕਰੇ? 25 ਰੁਪਏ ਕਮਾਏ ਆ ਤੇ ਮੈਂ ਤਾਂ ਖਾਣ ਲੱਗ ਪਿਆ, ਮੈਂ ਕਿਹਾ ਮੈਨੂੰ ਦੇ ਦੋਗੇ? ਹਾਂਜੀ ਹਾਂਜੀ ਨਹੀਂ 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 ਧੰਨਵਾਦ ਵੀਰੇ, ਨਹੀਂ ਨਹੀਂ ਸ਼ੁਕਰ ਹੈ ਵੀ ਸ਼ੁਕਰ ਹੈ। ਮੈਂ ਇਹਨਾਂ ਨੂੰ ਦੇਖਿਆ ਸੀ, ਮੈਂ ਕਿਹਾ ਵਿਚਾਰੇ ਬੈਠੇ ਕਿੰਨੇ ਪੈਸੇ ਕਮਾਏ, ਕਹਿੰਦੇ 25 ਰੁਪਏ ਕਮਾਏ ਆ ਤੇ ਨਹੀਂ ਨਹੀਂ ਸ਼ੁਕਰ ਹੈ ਮਹਾਰਾਜ ਦਾ। ਹੋਰ ਵੀ ਜੀ ਠੀਕ ਹੈ ਜੀ? ਚਲੋ ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਭਾਈ ਜੀ। ਤੇ ਬਜ਼ੁਰਗ ਜੇ ਤੁਹਾਨੂੰ ਮੈਂ ਰੇੜੀ ਲਿਆ ਦਵਾਂ ਉਹਦੇ ਨਾਲ ਤੁਹਾਡਾ ਸਰ ਜੂਗਾ ਹੈ? ਉਹਦੇ ਨਾਲ ਫਿਰ ਤੁਹਾਡਾ ਚੱਲ ਪੂਗਾ ਨਾ? ਇਹਦਾ ਇਹਦਾ ਤੁਸੀਂ ਮੁੱਲ ਮੁੱਲ ਦੱਸੋ ਕਿੰਨਾ ਇਹਦਾ ਮੁੱਲ? ਰੇੜੀ ਰੇੜੀ ਮੇਰੇ ਕੋਲ ਨਾ, ਮੇਰੇ ਕੋਲ ਪੈਸੇ ਨਹੀਂ ਹੈਗੇ, ਪਰ ਇਹਦੇ ਇਹਦੇ ਬਦਲੇ ਮੈਂ ਤੁਹਾਨੂੰ ਰੇੜੀ ਲਿਆ ਦੇਣਾ, ਠੀਕ ਹੈ? ਤੇ ਹੁਣ ਤੁਸੀਂ ਕੰਮ ਕਰੋ, ਇਹਨੂੰ ਨਾ ਪੈਕ ਕਰਕੇ ਸਾਰੀਆਂ ਨਾ ਰੱਖ ਲਓ ਤੇ ਅੰਦਰ ਜਾ ਕੇ ਮੱਥਾ ਟੇਕ ਕੇ ਆਓ, ਮੈਂ ਤੁਹਾਨੂੰ ਪੈਸੇ ਦੇਣਾ ਤੇ ਹੁਣ ਤੁਸੀਂ ਦਿਹਾੜੀ ਪਾ ਕੇ ਘਰ ਜਾਓ, ਠੀਕ ਆ? ਮੈਂ ਤੁਹਾਨੂੰ ਮਾਇਆ ਵੀ ਦੇਣਾ। ਅੱਛਾ ਪਹਿਲੇ ਹੈਗੀ ਸੀ ਰੇੜੀ, ਕਿਰਾਏ ਤੇ ਸੀ, ਸਬਜ਼ੀ ਵੀ ਵੇਚਣੋਗੇ ਰੇੜੀ ਦੇ ਨਾਲ? ਵੈਰੀ ਗੁੱਡ ਵੈਰੀ ਗੁੱਡ ਠੀਕ ਆ ਪਿਆਰਿਓ। ਹੁਣ ਵੱਜ ਗਈ 2, ਠੀਕ ਆ ਜੀ। ਬਾਬਾ ਜੀ 25 ਰੁਪਏ ਤੁਸੀਂ ਕਮਾਏ ਆ, ਦਿਖਾਓ ਕਿੰਨੇ ਕਮਾ ਕਮਾਈ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਦਵਾਈ ਕਾਹਦੀ ਆ? ਇਹ ਦਵਾਈ ਆ 5 ਟੁੱਟ ਸਰੀਰ ਦੀ ਗੈਸ ਦੋ ਬਣਦਾ। ਅੱਛਾ ਅੱਛਾ ਬਾਬਾ ਜੀ ਆ ਨਾ, ਹੁਣ ਤੁਸੀਂ ਕੰਮ ਕਰੋ, ਬੇਨਤੀ ਆ, ਆਹ ਸਬਜ਼ੀ ਆਹ ਤੁਸੀਂ ਲੈ ਜਾਓ ਘਰ ਨੂੰ, ਠੀਕ ਆ? ਆਹ ਦੇ ਦਿਓ ਮੈਨੂੰ ਪੈਸੇ, ਆਹ ਪੈਸੇ ਕਮਾਏ ਆ। ਧੰਨ ਗੁਰੂ ਰਾਮਦਾਸ ਜੀ, ਆਹ ਪੈਸੇ ਕਮਾਏ ਆ ਇਹਦੇ ਬਦਲੇ। ਬਾਬਾ ਜੀ ਆਹ ਲਓ ਮਾਇਆ, ਨਹੀਂ ਨਹੀਂ ਰੱਖੋ ਇਹ, ਤੁਸੀਂ ਹੁਣ ਇੱਥੋਂ ਨਾ ਘਰ ਚਲ ਜਾਓ ਅੱਜ, ਅਤੇ ਕੱਲ੍ਹ ਮੈਨੂੰ ਤੁਸੀਂ ਕਾਲ ਕਰਿਓ, ਅਤੇ ਕੱਲ੍ਹ ਤੁਸੀਂ ਆਉਣਾ ਨਾਈਆਂ ਵਾਲੇ ਮੋੜ 'ਤੇ, ਪਤਾ ਜੀ ਉਹ ਬੱਕਰ ਮੰਡੀ ਲੱਗੇ ਨਾਈਆਂ ਵਾਲੇ ਮੋੜ, ਪਤਾ ਜੀ ਉੱਥੇ JC ਵਾਲੇ ਹੈਗੇ ਆ, ਉਹਨਾਂ ਕੋਲ ਆ ਜਾਓ ਕੱਲ੍ਹ 11 ਵਜੇ, ਠੀਕ ਹੈ? ਉੱਥੇ ਫਿਰ ਆਪਾਂ ਤੁਹਾਨੂੰ ਰੇੜੀ ਦਿੰਦੇ ਹਾਂ। ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੁਕਮ ਲਾਇਆ ਅਤੇ ਤੁਹਾਡੀ ਉਹ ਜਿਹੜੀ ਖਾਧੀ ਸੀ ਨਾ ਮੈਂ,
ਫੁੱਲ ਬੜੀ ਵਧੀ ਬਦਲੇ ਤੁਹਾਨੂੰ ਆ ਦਿੱਤੇ ਠੀਕ ਹੈ ਜੀ ਕੱਲ ਸਗੋ ਹੋਰ ਵੀ ਹੈ ਬੜੇ ਸਗੋ ਮੈਂ ਫਿਰ ਪੈਸੇ ਨਹੀਂ ਦੇਣੇ ਹੋ ਰਹੇ ਅੱਗੇ ਤੋਂ ਬੜੇ ਦੇਤੇ ਜੋ ਸ਼ੁਕਰ ਹੈ ਜੀ ਸ਼ੁਕਰ ਮਾਰ ਨਹੀਂ 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 ਪਿਆਰੇ ਹੁਣ ਹੁਣ ਤੁਸੀਂ ਬੇਨਤੀ ਤੁਸੀਂ ਨਾ ਘਰ ਚਲ ਜਾਓ ਨਹੀਂ ਨਹੀਂ ਹੋਰ ਨਹੀਂ 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 ਹੋਰ ਨਹੀਂ ਹੋਰ ਨਹੀਂ ਹੁਣ ਤੁਸੀਂ ਨਾ ਘਰ ਘਰ ਚਲ ਜਾਓ ਬੇਨਤੀ ਆ ਲੈ ਸਤਿ ਸ਼੍ਰੀ ਅਕਾਲ ਜੀ ਹੋਰ ਪਿਆਰੇ ਹੋ ਚੜ੍ਹ ਜੀ ਕਲਾ ਵਾਹਿ ਖਾਲਸਾ ਵਾਹਿ ਫਤਿਹ ਜੀ ਬਾਬੇ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਕਿਤੇ ਆਪਣੇ ਆਏ ਬਾਬਾ ਚਲੋ ਗਿਆ ਮੈਂ ਥੋੜਾ ਨਾ ਕਿਤੇ ਬਾਹਰ ਗਿਆ ਸੀ ਚੰਡਿਆਲੇ ਤੇ ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਤੇ ਨਹੀਂ 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 ਪਿਆਰੇ ਤੁਹਾਡਾ ਟਾਈਮ ਵੀ ਬਹੁਤ ਜ਼ਰੂਰੀ ਹੈ ਅੱਛਾ ਕਿਰਾਏ ਦਾ ਉਹ ਕਿਉਂ ਫਿਰ ਛੱਡਦਾ ਅੱਛਾ ਪਹਿਲੇ ਰਕਸ਼ਾ ਵੀ ਬੰਦ ਰੇ ਮਾਲਕ ਖੋ ਕੇ ਕਿਲਾ ਗਿਆ ਵਾਹਿਗੁਰੂ ਵਾਹਿਗੁਰੂ ਅੱਛਾ ਤੁਹਾਨੂੰ ਮਤਲਬ ਗੱਡੀ ਖੋ ਕੇ ਕਿਲਾ ਗਏ ਵਾਹਿਗੁਰੂ ਅੱਛਾ ਅੱਜ ਉਮੀਦ ਹੈਗੀ ਸੀ ਮਿਲ ਜੂਗਾ ਡੈਡੀ ਦੀ ਉਮੀਦ ਹੈਗੀ ਕਿਰਪਾ ਜੀ ਗੁਰੂ ਦੀ ਨਾ ਫੁਲਵੜੀਆਂ ਵੇਚਦੇ ਤੇ ਨਾ ਮਿਲਣਾ ਸੀ ਹਨਾ ਤੇ ਬੈਠੇ ਵੀ ਤੁਸੀਂ ਕਿੱਥੇ ਹੀ ਟਾਲਾ ਸਾਹਿਬ ਦੇ ਬਾਹਰ ਹੈ ਪਿਆਰਿਓ ਗੁਰੂ ਰਾਮਦਾਸ ਪਾਤਸ਼ਾਹ ਕਿੰਨੇ ਦੀਨ ਦਿਆਲ ਆ ਬਾਬਾ ਦੀਪ ਸਿੰਘ ਹੈ ਬੜੀ ਕਿਰਪਾ ਮਹਾਰਾਜ ਜੀ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਤੁਹਾਡੇ ਤੇ ਹੈ ਨਾ ਬਾਬਾ ਜੀ ਆ ਜਾਓ ਮੜਾ ਜਾ ਨਾ ਵੇਖੋ ਗੱਡੀ ਚ ਚਲਾ ਕੇ ਤੁਹਾਨੂੰ ਗੱਡੀ ਕਿਸ ਤਰ੍ਹਾਂ ਦੀ ਲੱਗਦੀ ਹੈ ਜਾਓ ਹੋ ਗਿਆ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕੱਢੋ ਗੱਡੀ ਮਰਜ਼ੀ ਦਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਲੈ ਲਓ ਅੰਦਰ ਬਾਬਾ ਜੀ ਵਧੀਆ ਚੱਲਦੀ ਆ ਆਜੋ 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 ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ ਹੋ ਗਿਆ ਹਾਂ ਹਾਂਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਧੀਆ ਬਾਬਾ ਜੀ ਖੁਸ਼ ਹੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਜੋ ਆਜੋ ਅੰਦਰ ਆਜੋ 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 ਪਿਆਰਿਓ ਆਜੋ ਬੈਠੋ ਖੁਸ਼ ਹੋ ਬੱਬਿਓ ਖੁਸ਼ ਹੋ ਚਲੋ ਨਹੀਂ ਗੁਰੂ ਰਾਮਦਾਸ ਪਾਤਾ ਸਭ ਤੋਂ ਕਿਰਪਾ ਕਰੀ ਜੀ ਸਾਨੂੰ ਸੋਝੀ ਪਵੇ ਆਜੋ ਬਹਿਜੋ ਉੱਥੇ ਬਹਿਜੋ ਕੋਈ ਨਹੀਂ ਬਹਿਜੋ ਹੁਣ ਤੁਸੀਂ ਹੁਣ ਤੁਹਾਡੀ ਗੱਡੀ ਤਿਆਰ ਹੋ ਜਾਣੀ ਫਿਰ ਤੁਸੀਂ ਲਿਆਜੋ ਠੀਕ ਹੈ ਜੀ ਤੇ ਬਾਬਾ ਜੀ ਦਿਓ ਇਜਾਜ਼ਤ ਮੈਨੂੰ ਠੀਕ ਹੈ ਹੁਣ ਮੈਨੂੰ ਜਾਣ ਦਿਓ ਤੇ ਤੁਸੀਂ ਰੇੜੀ ਲੈ ਜਾਓ ਠੀਕ ਹੈ ਜੀ ਮੈਨੂੰ ਤੁਸੀਂ ਖਵਾਉਣਾ ਵਾ ਤੁਹਾਡੇ ਦਰਸ਼ਨ ਹੋ ਗਏ ਮੈਨੂੰ ਬਹੁਤ ਆ ਸਿੰਘ ਸਾਹਿਬ ਨਹੀਂ ਤੁਹਾਡੇ ਦਰਸ਼ਨ ਹੋ ਗਏ ਮੈਨੂੰ ਬਹੁਤ ਆ ਮਹਾਰਾਜ ਨੇ ਸੇਵਾ ਬਖਸ਼ੀ ਹੋਰ ਕੀ ਚਾਹੀਦਾ ਤੁਸੀਂ ਅਸੀਸਾਂ ਦਿਓ ਕਿ ਜਿਸ ਕਾਰਜ ਹਾਂ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਚਲੋ ਠੀਕ ਹੈ ਪਿਆਰਿਓ ਓਕੇ ਜੀ ਧਿਆਨ ਰੱਖਣਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਸਿੰਘ ਸਾਹਿਬ ਫਿਰ ਮਿਲਦੇ ਆਪਾਂ ਹੈ ਓਕੇ ਜੀ ਧੰਨਵਾਦ ਜੀ ਹਾਂ ਭੇਜਾਂਗੇ ਭੇਜਾਂਗੇ ਓਕੇ ਜੀ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਲਿਖਤਾ ਨਾਮ ਵਾਹਿਗੁਰੂ ਵਾਹਿਗੁਰੂ ਨਿਰਵੈਰ ਨਾ ਲਿਖਿਆ ਕਰੋ ਯਾਰ ਚਲੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ